We are at Ramgarh village, the native village of Sukhpal Khaira, and we're talking to people on how they feel about the decision of the politician from their village. मैं समझ ना कि सुखपाल सिंह जी बहुत मेहनत कर रहे थे रामगढ़ इलाके वास्ते पंजाब वास्ते अच्छा जी ते उन्हां नूं जो बंदा मान मिलिया नहीं पार्टी अच्छा जी ते जो डिसीजन लिया मैं तो कहना बहुत वधिया लगा अच्छा डिसीजन है तुसी उन्हां नाल हो हां जी बिल्कुल जी साडा इलाका सारा नाल है अच्छा जी आ फोकल पाणी बनाया सारे पिंड चारे पंज कड़क बनाई हुई है साडा कॉलेज सरकारी बनाया है फादर साहब ने इथे भलत विच अच्छा जी जिन्ने डेवलपमेंट ओनली सरदार सुखविंदर सिंह और सुखपाल सिंह खैरा ने करवाई है और किसी एमएलए ने इथे करवाया ही नहीं साडे इलाके च कुछ नहीं करवाया है ਪਰ ਆਮ ਆਦਮੀ ਪਾਰਟੀ ਹੈ ਜਿਹੜੀ ਉਹਦਾ ਬਿਲਕੁਲ ਵੀ ਬਹੁਤ ਜ਼ਿਆਦਾ ਇਸ ਟਾਈਮ ਬਹੁਤ ਜ਼ਿਆਦਾ ਖਲਾਰਾ ਹੀ ਕਹਿ ਲਓ ਪਿਆ ਹੋਇਆ ਜਿਹੜੀਆਂ ਆਸਾਂ ਉਮੀਦਾਂ ਨਾਲ ਲੋਕਾਂ ਨੇ ਇਸ ਪਾਰਟੀ ਨੂੰ ਚੁਣਿਆ ਸੀ ਉਹ ਬਿਲਕੁਲ ਆਸਾਂ ਉਮੀਦਾਂ ਲੋਕਾਂ ਦੀਆਂ ਖਤਮ ਹੋਈ ਜਾ ਰਹੀਆਂ ਜੇ ਆਪਾਂ ਭਲਾ ਹਲਕੇ ਦੀ ਗੱਲ ਕਰੀਏ ਸਰਦਾਰ ਸੁਖਪਾਲ ਸਿੰਘ ਖਹਿਰਾ ਦੀ ਜਿਨ੍ਹਾਂ ਨੇ ਕਿ ਆ ਪਾਰਟੀ ਤੋਂ ਰਿਜ਼ਾਈਨ ਕੀਤਾ ਕੱਲ ਤੇ ਮੇਰੇ ਹਿਸਾਬ ਨਾਲ ਉਹਨਾਂ ਦੀ ਆਪਣੀ ਪਰਸਨਲ ਥਿੰਕਿੰਗ ਆ ਜਿਹੜੀ ਸੋਚ ਲੈ ਕੇ ਉਹ ਪਾਰਟੀ ਚ ਗਏ ਸੀਗੇ ਉਹ ਕੰਮ ਉਹਨਾਂ ਦੇ ਅਕੋਰਡਿੰਗ ਪਾਰਟੀ ਦੇ ਵਿਚ ਨਹੀਂ ਹੋਏ ਮਗਰ ਸੁਖਪਾਲ ਖਹਿਰਾ ਨੇ ਆਪਣੇ ਇਲਾਕੇ ਦੇ ਵਾਸਤੇ ਕੁਛ ਵੀ ਨਹੀਂ ਕੀਤਾ ਕੋਈ ਗੱਲ ਮੇਰੇ ਹੁਣ ਕਿ ਮੇਰੇ ਬਰਾਬਰ ਧਿਆਨ ਦੀ ਗੱਲ ਕਦੇ ਮੈਂ ਆਪਣੇ ਇਲਾਕੇ ਦਾ ਆਹ ਕੰਮ ਕੀਤਾ ਜਾਂ ਕੁਛ ਵੀ ਦੱਸੇ ਮਾੜਾ ਮੋਟਾ ਦੱਸੇ ਆਣਦੇ ਹਨ ਗੱਲਾਂ ਬਾਤਾਂ ਦਾ ਕੀ ਹੁੰਦਾ ਗੱਲਾਂ ਬਾਤਾਂ ਦਾ ਇਹ ਮੈਂ ਕਰ ਦੂੰਗਾ ਉਹ ਕਰ ਦੂੰਗਾ ਇਹ ਪਾਰਟੀ ਤੋੜ ਦਿੱਤੀ ਉਹ ਪਾਰਟੀ ਦੇ ਦੇਣੀ ਆਪਣੇ ਇਲਾਕੇ ਦੇ ਲਈ ਉਹਨੇ ਉਸਨੇ ਕੁਛ ਵੀ ਨਹੀਂ ਕੀਤਾ ਕੋਈ ਵੀ ਦੱਸੇ ਛੋਟਾ ਮੋਟਾ ਵੀ ਕੰਮ ਮਿਲ ਕੀ ਆ ਇਹ ਕੀ ਹੈ ਜਾਂ ਉਹ ਕੀ ਹੈ ਜਿੱਦਾਂ ਦੀ ਉਹ ਮੂਵਮੈਂਟ ਜਿੱਦਾਂ ਉਹਨਾਂ ਨੇ ਪਹਿਲਾਂ ਕਾਂਗਰਸ ਵਿੱਚ ਸੀਗੇ ਫਿਰ ਆਮ ਆਦਮੀ ਪਾਰਟੀ ਤੋਂ ਜਿੱਤੇ ਤੇ ਹੁਣ ਜੇ ਉਹ ਕਹਿ ਰਹੇ ਕਿ ਮੈਂ ਆਪਣੀ ਨਵੀਂ ਆਊਟਫਿਟ ਬਣਾਉਣੀ ਹੈ ਤਾਂ ਤੁਹਾਨੂੰ ਤੁਸੀਂ ਉਹਦੇ ਨਾਲ ਉਸ ਉਹਨਾਂ ਦੀ ਉਸ ਡਿਸੀਜਨ ਦੇ ਨਾਲ ਸਹਿਮਤ ਹੋ ਹਾਂਜੀ ਹੁਣ ਸਾਰੇ ਆਪਣੇ ਨਾਲ ਦੇ ਨਹੀਂ ਹੈਗੇ ਸਾਰੇ ਨਾਲ ਹੀ ਨੇ ਦੇਖੋ ਜਿੱਦਾਂ ਜਿੱਦਾਂ ਕੋਈ ਰਿਸ਼ਤੇਦਾਰ ਵੀ ਪ੍ਰੈਸ਼ਰ ਪਾ ਦਿੰਦੇ ਆ ਨਾ ਹੁਣ ਭਰਤਾਂ ਵਿੱਚ ਮੇਰੇ ਸਹੁਰੇ ਵੀ ਆ ਸਾਰੇ ਸਾਰੇ ਉਹਨਾਂ ਦੇ ਨਾਲ ਨੇ ਅੱਧੇ ਉਹਨਾਂ ਨਾਲ ਆ ਅੱਧੇ ਦੂਸਰੇ ਪਾਸੇ ਆ ਪਰ ਆਪਾਂ ਇਹਨਾਂ ਤੋਂ ਪਿੱਛੇ ਰਹੀਦਾ।